चलो 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 बढ़िया चल जाओ ਗੰਨਾ ਪਿੰਡ ਵਿੱਚ ਚੈਕਿੰਗ ਹੋਈ ਆ ਚੈਕਿੰਗ ਬਿਆਨ ਚੱਲਿਆ ਕੀ ਕਹਿਣਾ ਚਾਹੁੰਦੇ ਕਿੰਨੇ ਕੁ ਅਜੇ ਰਿਕਵਰੀ ਹੋਈ ਆ ਕਿੰਨੇ ਬੰਦੇ ਕਾਬੂ ਇਹ ਆਪਣੇ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮਾਂ ਅਨੁਸਾਰ ਜਿਹੜਾ ਸਪੈਸ਼ਲ ਇੱਕ ਆਪਰੇਸ਼ਨ ਸਾਰੇ ਪੰਜਾਬ ਦੇ ਵਿੱਚ ਜਿਹੜੇ ਜਿੰਨੇ ਵੀ ਹੌਟਸਪੌਟ ਨੇ ਜਿੱਥੇ ਡਰੱਗ ਜ਼ਿਆਦਾ ਵਿਕਦੀ ਹੈ ਜਾਂ ਸੇਲ ਹੁੰਦੀ ਹੈ ਉੱਥੇ ਅੱਜ ਸਪੈਸ਼ਲ ਸਰਚ ਬਿਆਨ ਕੈਸੋ ਆਪਰੇਸ਼ਨ ਚਲਾਇਆ ਗਿਆ ਆ ਜਿਸ ਦੇ ਤਹਿਤ ਜਲੰਧਰ ਰੂਰਲ ਦੇ ਵਿੱਚ ਚਾਰ ਜਗ੍ਹਾ ਤੇ ਅਸੀਂ ਸਰਚ ਆਪਰੇਸ਼ਨ ਚਲਾਇਆ ਜੋ ਇੱਕ ਭੋਗਪੁਰ ਚ ਆਪਣਾ ਕਿੰਗਰਾ ਚੋਵਾਲਾ नकोदर च शंकर पिंड है इतने गन्ना पिंड है और एक अपने बूटे दिया छन्ना महकपुर के जो असी टोटल तीन केस जिहड़े इत्थे रजिस्टर किए हैं बाकी साडी सर्च अजे चल रही है इहदा मेन मकसद जिहड़ा आ उह इह आ वी लोकां नूं और इन्हां दे पिंड दे जिहड़े मोहतबार बंदे ने असी इत्थे इन्हां नूं जागरूक भी कर रहे हैं भी आपदे बच्चों नूं समझाओ डी एडिक्शन सेंटर सरकार ने जिहड़ियां पॉलिसियां खोलियां उत्थे दाखल कराओ 5 ग्राम तो घट अगर किसी तो कोई रिकवरी होंगी 64 ए दे विच इम्यूनिटी दी जा सकती है वो मेरे को लैके आउण असीं उन्हां नूं दाखिल करावांगे और अदालत दे विच अहीं रिक्वेस्ट करके जिहड़ा पर्चा वो वापस लै लवांगे इस तों इलावा दौराने सर्च जिहड़े कई बंदे जिहड़े समान लैके आए हुंदे आ उहनूं डिस्ट्रॉय कर दिंदे आ और काफ़ी उन्हां दा जिहड़ा आर्थिक नुकसान भी हुंदा आ इह इस दा मेन मकसद इहो ही आ और लोकां जिहड़े अच्छे लोक आ ਉਹਨਾਂ ਦੇ ਵਿੱਚ ਜਿਹੜਾ ਪੁਲਿਸ ਦਾ ਜਿਹੜਾ ਪ੍ਰਭਾਵ ਬਣਿਆ ਰਵੇ ਵੀ ਪੁਲਿਸ ਆਉਂਦੀ ਆ ਇਸ ਕਰਕੇ ਕੈਸ ਆਪਰੇਸ਼ਨ ਕੀਤੇ ਜਾਂ ਲੋਕਾਂ ਨੂੰ ਪਤਾ ਲੱਗਦਾ ਪ੍ਰਸ਼ਾਸਨ ਵਾਲੇ ਲੋਕ ਲਾ ਕੇ ਘਰਾਂ ਤੋਂ ਫਰਾਰ ਹੋ ਜਾਂਦੇ ਉਹਨਾਂ ਜਿਹੜੇ ਫਰਾਰ ਹੋ ਜਾਂਦੇ ਉਹ ਪਹਿਲਾਂ ਮੁਲਜ਼ਮ ਹੋਣਗੇ ਹੀ ਕਿਸੇ ਨਾ ਕਿਸੇ ਕੇਸ 'ਚ ਕੋਈ ਵੀ ਮੁਲਜ਼ਮ ਜਿਹੜਾ ਅਜੇ ਤੱਕ ਬਚਿਆ ਨਹੀਂ ਆ ਪੁਲਿਸ ਦੀ ਗ੍ਰਿਫਤ ਤੋਂ ਅੱਜ ਨਹੀਂ ਤੇ ਕੱਲ ਨਹੀਂ ਤੇ ਪਰਸੋਂ ਸਾਰੇ ਫੜੇ ਜਾਣ ਜਿੱਦਾਂ ਹੁਣ ਸਰ ਭੱਜ ਗਏ ਆ ਜਾਂਦੇ ਇਹਨਾਂ ਦੇ ਘਰਾਂ ਦੀ ਸਰਚ ਕੀਤੀ ਹੈ ਉਸ ਤੋਂ ਬਾਅਦ ਇਹਨਾਂ ਦਾ ਅਸੀਂ ਇਹਨਾਂ ਦਾ ਕਾਰਨ ਪੁੱਛਾਂਗੇ ਕਿਉਂ ਗਏ ਨੇ ਕਿੱਥੋਂ ਆਏ ਸੀ ਪਿਛਲੇ ਇਹਨਾਂ ਦਾ ਸਾਰਾ ਟੈਲੀਫੋਨ ਜਾਂ ਟੈਕਨੀਕਲੀ ਇਹਨਾਂ ਨੂੰ ਵੈਰੀਫਾਈ ਕਰਾਂਗੇ ਜੇ ਉਹ 'ਚ ਕੋਈ ਲੱਗਿਆ ਸਾਨੂੰ ਤਾਂ ਅਸੀਂ ਕਾਰਵਾਈ ਜ਼ਰੂਰ ਕਰਾਂਗੇ 5 ਗ੍ਰਾਮ ਤੋਂ ਘੱਟ ਆ ਉਹਨਾਂ ਨੂੰ ਕੀ ਕਰਨਾ ਅਸੀਂ ਉਹਨਾਂ ਨੂੰ ਜਿੰਨੇ ਵੀ 5 ਗ੍ਰਾਮ ਤੋਂ ਘੱਟ ਪਰਚੇ ਆ ਜੇ ਉਹ ਡੀ ਐਡਿਕਸ਼ਨ ਸੈਂਟਰ ਸਰਕਾਰੀ 'ਚ ਜਾ ਕੇ ਦਾਖਲ ਹੋ ਕੇ ਆਪਣਾ ਨਸ਼ਾ ਛੱਡਦਾ ਆ ਪੀਣਾ ਤੇ ਉਹਦਾ ਜਿਹੜਾ ਪਰਚਾ ਉਹ ਕੈਂਸਲ ਕੀਤਾ ਜਾਂਦਾ 64 ਏ ਦੇ ਧਾਰਾ ਦੇ ਤਹਿਤ ਜਿਹੜਾ ਕਾਨੂੰਨੀ ਇੱਕ ਉਹਨਾਂ ਕੋਲ ਅਧਿਕਾਰ ਪ੍ਰਾਪਤ